ਲੁਟੇਰਿਆਂ ਵੱਲੋਂ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਜਵੈਲਰੀ ਸ਼ਾਪ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਬੰਦੂਕ ਦੀ ਨੋਕ ਤੇ ਇਸ ਦੁਕਾਨ ਦੇ ਵਿੱਚੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਮੋਹਾਲੀ ਜ਼ਿਲ੍ਹੇ ਦੇ 10 ਫੇਜ਼ ਦੇ ਵਿੱਚ ਇਸ ਜਵੈਲਰੀ ਸ਼ਾਪ ਨੂੰ ਆਪਣਾ ਨਿਸ਼ਾਨਾ ਬਣਾਇਆ। ਜਦੋਂ ਇਹ ਲੁਟੇਰੇ ਦੁਕਾਨ ਦੇ ਵਿੱਚ ਵੜਦੇ ਨੇ ਤੇ ਬੰਦੂਕ ਦੀ ਨੋਕ ਤੇ ਉੱਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਤੇ ਬੈਗ ਭਰ ਕੇ ਗੋਲਡ ਦਾ ਲੈ ਜਾਂਦੇ ਨੇ। ਹੁਣ ਇਸ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਲੁਟੇਰੇ ਬੰਦੂਕ ਦੀ ਨੋਕ ਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋ ਲੁਟੇਰੇ ਜਿਸ ਸਕੂਟਰੀ ਤੇ ਆਏ ਸੀ ਉਸ ਨੂੰ ਦੁਕਾਨ ਦੇ ਬਾਹਰ ਹੀ ਛੱਡ ਕੇ ਫਰਾਰ ਹੋ ਗਏ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਤੇ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਇਹ ਜਿਹੜੀ ਵਾਰਦਾਤ ਅੱਜ ਮੋਹਾਲੀ ਦੇ ਵਿੱਚ ਜਵੈਲਰ ਨਾਲ ਹੋਈ ਹੈ, ਬੜੀ ਦੁਖਦਾਈ ਹੈ ਔਰ ਬੜੀ ਨਿੰਦਣਯੋਗ ਹੈ ਕਿ ਇਸ ਤਰ੍ਹਾਂ ਦੁਕਾਨਾਂ ਦੇ ਉੱਤੇ ਜਿਹੜੀ ਉਹ ਦਿਨ ਦਿਹਾੜੇ ਉਹ ਲੁੱਟ ਹੋਈ ਹੈ। ਬਹੁਤ ਮਾੜੀ ਗੱਲ ਹੈ ਔਰ ਜਿਹੜੇ ਦੁਕਾਨਦਾਰ ਹੈ ਉਹ ਬੜੇ ਸਦਮੇ 'ਚ ਹੈ। ਮੈਂ ਹੁਣੇ ਮਿਲ ਕੇ ਆਇਆ ਉਹਨਾਂ ਨੂੰ ਅਤੇ ਦਹਿਸ਼ਤ ਨੂੰ ਫੀਲ ਕਰ ਰਹੇ ਹੈ ਸਾਰਾ ਪਰਿਵਾਰ ਹੀ ਵੀ ਇਹ ਮਾੜੀ ਘਟਨਾ। ਇਹਦੇ ਨਾਲ ਜਿਹੜਾ ਇੱਕ ਸਵਾਲ ਉੱਠਦਾ ਕਿ ਪ੍ਰਸ਼ਾਸਨਿਕ ਕੁਛ ਨਾ ਕੁਛ ਕਮੀਆਂ ਜਿਹੜੀਆਂ ਰਹਿੰਦੀਆਂ, ਕਿਉਂਕਿ ਸੁਰੱਖਿਆ ਦਾ ਮਾਹੌਲ ਪੰਜਾਬ ਦੇ ਅੰਦਰ ਦਿਨ ਬ ਦਿਨ ਹੋਰ ਬੱਤਰ ਤੋਂ ਬੱਤਰ ਹੁੰਦਾ ਜਾ ਰਿਹਾ, ਜਿਹਨੂੰ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਇਸ ਦੇ ਉੱਤੇ ਦੇਣਾ ਚਾਹੀਦਾ। ਮੈਂ ਪਹਿਲਾਂ ਵੀ ਬੜੀ ਵਾਰੀ ਚਿੱਠੀਆਂ ਪਾ ਚੁੱਕਾ ਇਹਨਾਂ ਨੂੰ ਵੀ ਤੁਸੀਂ ਜਿਹੜਾ ਜਵੈਲਰਾਂ ਦਾ ਜਿਹੜਾ ਅਲੱਗ ਤੋਂ ਬਣਾਓ ਵੀ ਜਿਹੜੀ ਸੁਰੱਖਿਆ ਦਾ ਵੀ ਕਿੱਦਾਂ ਇਹਨਾਂ ਦੀ ਸੁਰੱਖਿਆ ਨੂੰ ਬਿਹਤਰੀਨ ਕੀਤਾ ਜਾ ਸਕਦਾ, ਕਿਉਂਕਿ ਇਹੀ ਇੱਕ ਕਾਰੋਬਾਰ ਹੈ ਜਿਹੜਾ ਖੁੱਲ੍ਹ ਮਖੁੱਲ੍ਹਾ ਇੱਕ ਅਗਲੇ ਨੂੰ ਸੋਨਾ ਚੱਕ ਕੇ ਵੇਚਣਾ ਕਿਤੇ ਵੀ ਬੜਾ ਆਸਾਨ ਈਜ਼ੀ ਹੁੰਦਾ ਔਰ ਜਵੈਲਰ ਖਾਸ ਕਰਕੇ ਮੋਹਾਲੀ ਦਾ ਔਰ ਪੰਜਾਬ ਦਾ ਬੜਾ ਈਜ਼ੀ ਟਾਰਗੇਟ ਦੇ ਉੱਤੇ ਉਹ ਨਜ਼ਰ ਆਉਂਦਾ। ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹੂੰਗਾ ਕਿ ਦੇਖੋ ਜਵੈਲਰਾਂ ਦਾ ਨੂੰ ਬਹੁਤ ਭੈ ਦੇ ਵਿੱਚ ਕੰਮ ਕਰਨਾ ਪੈ ਰਿਹਾ, ਬੱਚੇ ਆ, ਪਰਿਵਾਰ ਹੈ ਉਹਨਾਂ ਦੇ ਔਰ ਲੋਕ ਇਸ ਕਾਰੋਬਾਰ ਤੋਂ ਬਹੁਤ ਡਰ ਰਹੇ ਆ। ਸਰ ਕਿੰਨਾ ਨੁਕਸਾਨ ਹੈ ਜੀ ਹੁਣ ਤੱਕ, ਕਿੰਨਾ ਨੁਕਸਾਨ ਪਤਾ ਲੱਗਿਆ? ਦੇਖੋ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ, ਮੈਂ ਤਾਂ ਹੁਣੇ ਤੁਹਾਡੇ ਸਾਹਮਣੇ ਮੈਂ ਵੀ ਹੁਣੇ ਹੀ ਪਹੁੰਚਿਆ, ਉਹਨਾਂ ਨੇ ਦੱਸਿਆ ਕਿ ਕਾਫੀ ਕੁਝ ਚੀਜ਼ਾਂ ਉਹਨਾਂ ਦੀਆਂ ਗਈਆਂ ਪਰ ਉਹਨਾਂ ਨੇ ਹਾਲੇ ਤੋਲ ਮੋਲ ਹਾਲੇ ਕੀਤਾ ਨਹੀਂ ਵੀ ਕਿੰਨਾ ਪੇਟ ਕਿੰਨਾ ਚੀਜ਼ ਚਲੀ ਗਈ ਹੈ, ਬਟ ਨੁਕਸਾਨ ਤਾਂ ਉਹਨਾਂ ਦਾ ਹੋਇਆ ਦੁਕਾਨਦਾਰੀ। ਮੈਨੂੰ ਹਾਲੇ ਦੋ ਆਦਮੀ, ਪਹਿਲਾਂ ਇੱਕ ਬੰਦਾ ਆਇਆ ਕਹਿੰਦਾ, ਫਿਰ ਦੂਜਾ ਬੰਦਾ ਉਸ ਤੋਂ ਬਾਅਦ ਆਇਆ। ਗਨ ਪੁਆਇੰਟ ਦੀ ਹੋਈ ਜੀ ਵੀਡੀਓ ਜਿਹੜੀ ਹਾਲੇ ਇਹਨਾਂ ਨੇ ਕੱਢੀ ਨਹੀਂ, ਉਹਨਾਂ ਦਾ ਟੈਕਨੀਕਲ ਕੋਈ ਹੋਣਾ ਵੀ ਉਹ ਕੱਢਣਗੇ ਵੀਡੀਓ, ਉਹਦੇ ਤੁਹਾਨੂੰ ਆਜੂਗੀ ਵੀਡੀਓ ਪਤਾ ਲੱਗ ਜੂਗਾ, ਪਰ ਹੋਈ ਗਨ ਪੁਆਇੰਟ ਦੇ ਦਿਨ ਦਿਹਾੜੇ। ਸਰ ਤੁਹਾਡੀ ਮਾਰਕੀਟ ਦੇ ਵਿੱਚ ਇਹ ਕੰਮ ਹੋਣਾ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਹੈ ਜੀ, ਦੁੱਖ ਲੱਗਦਾ ਬੜਾ ਭਾਰੀ, ਕਿਸੇ ਦਾ ਇੱਕ ਰੁਪਈਆ ਜ਼ਮੀਨ 'ਤੇ ਗਿਰ ਜੇ ਉਹਨੂੰ ਵੀ ਦੁੱਖ ਲੱਗਦਾ, ਪਰ ਇਹਦੇ 'ਚ ਰੁਪਈਏ ਦੇ ਨਾਲ ਨਾਲ ਆਪਣੀ ਜਾਨ ਵੀ ਜਿਹੜੀ ਜੋਖਮ ਦੇ ਵਿੱਚ ਹੈ। ਬਹੁਤ ਵੱਡੀ ਘਟਨਾ, ਕੋਈ ਛੋਟੀ ਘਟਨਾ ਨਹੀਂ, ਐਡੇ ਵੱਡੀ ਐਡਾ ਵੱਡਾ ਸਿਟੀ ਹੋਵੇ ਪੰਜਾਬ ਦੀ ਜਿਹੜੀ ਇਹ ਸਭ ਤੋਂ ਵੱਡੀ ਧੜਕਣ ਹੋਵੇ ਅੱਜ ਮੋਹਾਲੀ ਸ਼ਹਿਰ ਹੈ, ਇਹਦੇ ਵਿੱਚ ਲੁੱਟ ਹੋ ਜਾਣੀ ਕੋਈ ਛੋਟੀ ਗੱਲ ਤਾਂ ਨਹੀਂ, ਬਹੁਤ ਵੱਡੀ ਗੱਲ ਹੈ। ਬਹੁਤ ਵੱਡੇ ਮਾਇਨੇ ਇਹਦੇ, ਸਰਕਾਰ ਨੂੰ ਪ੍ਰਸ਼ਾਸਨ ਨੂੰ ਹੁਣ ਵੀ ਨਾ ਜਾਗਿਆ ਅਤੇ ਫਿਰ ਅੱਗੇ ਕੀ ਜਾਗੂਗਾ? ਆਹ ਸਾਰੇ ਦੁਕਾਨਦਾਰ ਆਪਾਂ ਖੜ੍ਹੇ ਹਾਂ, ਇਹਨਾਂ ਦੁਕਾਨਦਾਰਾਂ ਦਾ ਕੀ ਅੱਗੇ ਫਿਊਚਰ ਕਿੱਦਾਂ ਹੋਊਗਾ? ਇਹਨਾਂ ਨੂੰ ਬੜਾ ਵੱਡਾ ਸਵਾਲੀਆ ਚਿੰਨ੍ਹ ਹੈ।